ਹਾਂਜੀ ਸਟੂਡੈਂਟ, ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਆਫਟਰਨੂਨ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਯੂਟਿਊਬ ਚੈਨਲ MSW ਸਟੱਡੀ ਦੇ ਵਿੱਚ ਮੈਂ ਮਨਪ੍ਰੀਤ ਕੌਰ ਹਾਰਦਿਕ ਸਵਾਗਤ ਕਰਦੀ ਹਾਂ। ਸੋ ਸਟੂਡੈਂਟ, ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੀ ਹਾਂ ਕਿ MSW ਸਟੱਡੀ ਚੈਨਲ ਦੇ ਉੱਤੇ PSTET ਪੇਪਰ 1 ਪੇਪਰ 2 ਦੀ ਤਿਆਰੀ ਕਰਵਾਈ ਜਾ ਰਹੀ, ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਕਰਵਾਈ ਜਾ ਰਹੀ ਹੈ। ਅਗਰ ਤੁਸੀਂ PSTET ਪੇਪਰ 1 ਪੇਪਰ 2 ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਮਾਸਟਰ ਕੈਡਰ SST ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਟੂਡੈਂਟ, ਤੁਸੀਂ ਆਪਣੇ ਮੋਬਾਈਲ ਦੇ ਪਲੇ ਸਟੋਰ ਵਿੱਚ MSW ਸਟੱਡੀ ਐਪ ਨੂੰ ਡਾਊਨਲੋਡ ਕਰੋ ਅਤੇ ਆਪਣੀ ਜਿਹੜੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰੋ। ਔਰ ਦੂਸਰੀ ਗੱਲ ਇਹ ਸਟੂਡੈਂਟ, ਅਗਰ ਤੁਸੀਂ ਪੇਡ ਕੋਰਸ ਲੈਣਾ ਤਾਂ ਤੁਸੀਂ ਸਾਨੂੰ 9878731752 ਨੰਬਰ, ਜਿਹੜਾ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕੋਲ ਕਰ ਸਕਦੇ ਹੋ। ਵਟਸਐਪ ਗਰੁੱਪ ਨਾਲ ਜੁਆਇਨ ਹੋ ਕੇ ਓਪਨ MCQ ਫ੍ਰੀ MCQ ਕਰ ਸਕਦੇ ਹੋ। ਔਰ ਸਟੂਡੈਂਟ, ਤੁਸੀਂ ਟੈਲੀਗ੍ਰਾਮ ਚੈਨਲ MSW ਸਟੱਡੀ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ। ਇਨ ਫਿਊਚਰ ਕੋਈ ਵੀ PDF ਨੋਟਸ ਹੈ, ਤੁਹਾਡੇ ਮੋਕ ਟੈਸਟ ਲਏ ਜਾਣੇ ਜਾਂ ਫਿਰ ਕੋਈ ਵੀ ਓਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਕਿਸੇ ਵੀ ਐਗਜ਼ਾਮ ਦੇ ਰਿਗਾਰਡਿੰਗ, ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਹੀ ਇਨਫੋਰਮ ਕੀਤਾ ਜਾਵੇਗਾ। ਸੋ ਸਟੂਡੈਂਟ, ਅੱਜ ਦੀ ਕਲਾਸ ਨੂੰ ਸ਼ੁਰੂ ਕਰਦੇ ਹਾਂ, ਠੀਕ ਹੈ। ਪੰਜਾਬੀ ਦੀ ਕਲਾਸ ਕਰਦੇ ਹਾਂ ਅਸੀਂ ਡੇਲੀ, ਹੈ ਨਾ। ਸੋ ਅੱਜ ਦੀ ਕਲਾਸ ਵਿੱਚ ਅਸੀਂ ਓਨਲੀ 20 ਕੁਐਸਚਨ ਹੀ ਕਰਾਂਗੇ। ਸੋ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਕਲਾਸ ਜ਼ਿਆਦਾ ਲੰਬੀ ਇਸੇ ਕਰਕੇ ਨਹੀਂ ਹੁੰਦੀ ਕਿ ਸਟੂਡੈਂਟ ਜਿਹੜੇ ਹੈ ਉਹ ਬੋਰ ਨਾ ਹੋਣ। ਹੁਣ ਸਭ ਤੋਂ ਪਹਿਲਾ ਕੁਐਸਚਨ ਹੈ, ਅਖਾਣ ਨੂੰ ਪੂਰਾ ਕਰੋ। ਅਖਾਣ ਤਾਂ ਸਾਡੇ ਸਿਲੇਬਸ ਦਾ ਮੇਨ ਪਾਰਟ, ਅਖਾਣ ਮੁਹਾਵਰੇ, ਹੈ ਨਾ। ਸੋ ਅਖਾਣ ਨੂੰ ਪੂਰਾ ਕਰਨਾ, ਕਈ ਵਾਰ ਸਾਨੂੰ ਪੈਰਾ ਦਿੱਤਾ ਹੁੰਦਾ, ਹੈ ਨਾ। ਪੈਰੇ ਦੇ ਵਿੱਚ ਉਹਨਾਂ ਨੇ ਸਾਨੂੰ ਸਾਰਾ ਕੁਛ ਪੁੱਛਿਆ ਹੁੰਦਾ, ਇੱਦਾਂ ਦੇ ਕੁਐਸਚਨ ਅਖਾਣ ਵੀ ਆ ਜਾਂਦੀ ਹੈ, ਅਖਾਣ ਪੂਰੀ ਕਰਨੀ, ਹੈ ਨਾ। ਸੋ ਅਗਰ ਸਾਨੂੰ ਆਉਂਦਾ ਹੋਏਗਾ ਅਸੀਂ ਫਿਰ ਹੀ ਆਂਸਰ ਕਰਾਂਗੇ। ਦੇਖੋ, ਗਾਂ ਨਾ ਵੱਛੀ ਅਤੇ ਡੈਸ਼ ਆਵੇ ਅੱਛੀ। ਹੁਣ ਦੇਖੋ ਕੀ ਆਂਸਰ ਬਣੇਗਾ, ਗਾਂ ਨਾ ਵੱਛੀ ਅਤੇ ਡੈਸ਼ ਆਵੇ ਅੱਛੀ, ਮੱਝ, ਨੀਂਦਰ, ਬਲਦ ਕਿ ਤੂੜੀ। ਬਹੁਤ ਹੀ ਈਜ਼ੀ ਕੁਐਸਚਨ ਹੈ, ਗਾਂ ਨਾ ਵੱਛੀ ਅਤੇ ਨੀਂਦਰ ਆਵੇ ਅੱਛੀ, ਜਿਹੜੀ ਆਪਸ਼ਨ B ਹੈ ਉਹ ਰਾਈਟ ਆਪਸ਼ਨ ਹੈ, ਠੀਕ ਹੈ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਹੋ ਆਂਸਰ ਹੀ ਸ਼ੋ ਹੋ ਗਿਆ ਤੁਹਾਨੂੰ, ਚਲੋ ਕੋਈ ਗੱਲ ਨਹੀਂ। ਹੇਠ ਲਿਖੇ ਸ਼ਬਦਾਂ ਵਿੱਚੋਂ ਪ੍ਰਸ਼ੰਸਾ ਵਾਚਕ ਵਿਸਮਿਕ ਚੁਣੋ। ਹੁਣ ਵਿਸਮਿਕ ਕੀ ਹੁੰਦੇ ਸਟੂਡੈਂਟ, ਵਿਸਮਿਕ ਚਿੰਨ੍ਹ ਦੇ ਨਾਲ ਇੱਥੇ ਉਹ ਸਾਈਨ ਨਹੀਂ ਲੱਗਿਆ ਹੋਇਆ, ਇਹ ਵਾਲਾ ਸਾਈਨ ਹੁੰਦਾ ਵਿਸਮਿਕ ਦਾ, ਸਾਰਿਆਂ ਦੇ ਨਾਲ ਲਗਾ ਦਿੰਦੇ ਹਾਂ। ਵਿਸਮਿਕ ਦਾ ਸਾਈਨ ਲੱਗੇਗਾ ਉਫ ਦੇ ਨਾਲ ਵੀ, ਆਹਾ ਦੇ ਨਾਲ ਵੀ ਅਤੇ ਅਸ਼ਕੇ ਦੇ ਨਾਲ ਵੀ, ਠੀਕ ਹੈ। ਇੱਥੇ ਨਹੀਂ ਲੱਗਾ ਹੋਇਆ, ਤੁਸੀਂ ਯਾਦ ਰੱਖਣਾ ਵਿਸਮਿਕ ਦਾ ਸਾਈਨ ਹੁੰਦਾ ਹੈ, ਠੀਕ ਹੈ, ਡੰਡੀ ਅਤੇ ਬਿੰਦੂ। ਹੁਣ ਪ੍ਰਸ਼ੰਸਾ ਵਾਚਕ ਜਿਹੜਾ ਵਿਸਮਿਕ ਹੈ ਉਹਦੇ ਉਹ ਕਿਹੜਾ ਹੈ ਸ਼ਬਦ ਵਿੱਚੋਂ ਅਸੀਂ ਆਹ ਜਿਹੜੀਆਂ ਆਪਸ਼ਨਾਂ ਦਿੱਤੀਆਂ ਇਹਦੇ ਵਿੱਚੋਂ ਚੁਣਨਾ ਪ੍ਰਸ਼ੰਸਾ ਵਾਚਕ ਵਿਸਮਿਕ। ਦੇਖੋ ਕਿਹੜਾ ਹੈ, ਉਫ, ਆਹਾ, ਅਸ਼ਕੇ ਕੇ, ਖਬਰਦਾਰ। ਹਾਂਜੀ ਸਟੂਡੈਂਟ, ਜਿਹੜਾ ਇਹਨਾਂ ਵਿੱਚੋਂ ਪ੍ਰਸ਼ੰਸਾ ਵਾਚਕ ਵਿਸਮਿਕ ਹੈ ਉਹ ਹੈ ਅਸ਼ਕੇ, ਠੀਕ ਹੈ। ਸੋ ਤੁਹਾਨੂੰ ਪ੍ਰਸ਼ੰਸਾ ਵਾਚਕ ਮੈਂ ਇੱਕ ਵਾਰੀ ਸਮਝਾ ਦਿੰਦੀ, ਕਹਿੰਦੇ ਕਿ ਜਿਹੜੇ ਵਿਸਮਿਕ ਪ੍ਰਸ਼ੰਸਾ, ਖੁਸ਼ੀ, ਹੁਲਾਸ ਦੇ ਭਾਵਾਂ ਨੂੰ ਪ੍ਰਗਟ ਕਰਨ, ਉਹਨਾਂ ਨੂੰ ਕੀ ਕਹਿੰਦੇ ਆ, ਪ੍ਰਸ਼ੰਸਾ ਵਾਚਕ। ਹੁਣ ਇਹ ਕਿਹੜੇ ਕਿਹੜੇ ਹੁੰਦੇ ਜਿਹੜੇ ਕਿ ਵਿਸਮਿਕ ਕੀ ਪ੍ਰਗਟ ਕਰਦੇ ਆ, ਸਾਡੀ ਖੁਸ਼ੀ, ਸਾਡੀ ਪ੍ਰਸ਼ੰਸਾ, ਸਾਡੇ ਹੁਲਾਸ ਦੇ ਭਾਵ, ਖੁਸ਼ੀ ਦੇ ਭਾਵ ਪ੍ਰਗਟ ਕਰਦੇ, ਉਹਨੂੰ ਪ੍ਰਸ਼ੰਸਾ ਵਾਚਕ ਵਿਸਮਿਕ ਕਹਿੰਦੇ। ਜਿਵੇਂ ਅਸ਼ਕੇ, ਕਮਾਲ, ਕਮਾਲ ਹੈ, ਵਾਹ, ਅਸ਼ਕੇ, ਵਾਹ ਅਤੇ ਕਮਾਲ, ਵਾਹ ਕੀ ਹੈ, ਪ੍ਰਸ਼ੰਸਾ ਵਾਚਕ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ, ਵਾਹ, ਅਸ਼ਕੇ ਅਤੇ ਕਮਾਲ ਹੈ, ਇਹ ਕੀ ਹੈ, ਪ੍ਰਸ਼ੰਸਾ ਵਾਚਕ ਵਿਸਮਿਕ ਹੈ। ਸੋ ਸਾਨੂੰ ਜਿਹੜੀ ਆਪਸ਼ਨ ਦਿੱਤੀ ਉਹ ਸੀ ਆਪਸ਼ਨ ਰਾਈਟ ਹੈ, ਅਸ਼ਕੇ ਪ੍ਰਸ਼ੰਸਾ ਵਾਚਕ ਵਿਸਮਿਕ ਹੈ। ਨੈਕਸਟ ਦੇਖੋ ਸਟੂਡੈਂਟ, ਹਾਂਜੀ ਜਿਹੜੇ ਸੰਬੰਧਿਤ ਨੇ ਆਉਣਾ ਸਟੂਡੈਂਟ, ਆਉਣਾ ਜਿਹੜੇ ਸੰਬੰਧਕ, ਠੀਕ ਹੈ, ਇਹਨੂੰ ਗਲਤ ਹੈ, ਇਹ ਸੰਬੰਧਕ ਕਰੋ ਇੱਥੇ, ਜਿਹੜੇ ਸੰਬੰਧਕ
ਜਿਹੜੇ ਸੰਬੰਧਕ ਡੈਸ਼ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਡੈਸ਼ ਸੰਬੰਧਕ ਕਿਹਾ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਸਟੂਡੈਂਟ, ਤੁਹਾਨੂੰ ਆਉਣਾ ਚਾਹੀਦਾ ਇਹ। ਜਿਹੜੇ ਸੰਬੰਧਕ ਡੈਸ਼ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਡੈਸ਼ ਸੰਬੰਧਕ ਕਿਹਾ ਜਾਂਦਾ ਹੈ। ਇਕੱਲੇ ਅਪੂਰਨ, ਸ਼ਬਦਾਂ ਦੀ ਸਹਾਇਤਾ ਨਾਲ ਪੂਰਨ, ਇਕੱਲੇ ਪੂਰਨ ਕਿ ਉਪਰੋਕਤ ਸਾਰੇ। ਸਟੂਡੈਂਟ ਇੱਥੇ ਆਏਗਾ ਜਿਹੜੇ ਸੰਬੰਧਕ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ। ਆਪਸ਼ਨ ਜਿਹੜੀ ਸੀ ਆ ਉਹ ਰਾਈਟ ਆਪਸ਼ਨ ਹੈ, ਠੀਕ ਹੈ। ਜਿਹੜੇ ਸੰਬੰਧਕ ਇਕੱਲੇ ਹੀ ਸੰਬੰਧਕ ਦਾ ਕੰਮ ਕਰ ਲੈਣ ਉਹਨਾਂ ਨੂੰ ਪੂਰਕ ਸੰਬੰਧਕ ਕਿਹਾ ਜਾਂਦਾ, ਠੀਕ ਹੈ। ਸੋ ਦੇਖੋ ਕਿਹੜੇ 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 ਹੁੰਦੇ ਉਹ ਪੂਰਨ ਅਤੇ ਅਪੂਰਨ, ਤੁਹਾਨੂੰ ਇੱਕ ਵਾਰੀ ਸਮਝਾ ਦਿੰਦੇ ਡੀਪਲੀ। ਪੂਰਨ ਸੰਬੰਧਕ ਕਿਹੜੇ ਹੁੰਦੇ? ਜਿਹੜੇ ਸੰਬੰਧਕ ਇਕੱਲੇ ਹੀ ਸੰਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਕ ਸੰਬੰਧਕ ਕਹਿ ਦਿੰਦੇ। ਕਿਹੜੇ ਕਿਹੜੇ ਆ ਪੂਰਨ ਪੂਰਨ ਸੰਬੰਧਕ? ਦੇਖੋ ਨੋਟ ਕਰ ਲਓ, ਦਾ, ਦੇ, ਨੂੰ, ਨੇ। ਦਾ ਲਿਖੋ, ਦਾ, ਦੇ, ਨੂੰ, ਨੇ, ਇਹ ਸੰਬੰਧਕ ਹੈ। ਕਿਹੜੇ ਸੰਬੰਧਕ ਹੈ? ਪੂਰਨ ਸੰਬੰਧਕ। ਹੁਣ ਦੇਖੋ ਜਿਹੜੇ ਸੰਬੰਧਕ ਇਕੱਲੇ ਹੀ ਸੰਬੰਧਕ ਦਾ ਕੰਮ ਨਾ ਕਰਨ ਉਹਨਾਂ ਨੂੰ ਕੀ ਕਹਿੰਦੇ ਆ? ਅਪੂਰਨ ਸੰਬੰਧਕ ਕਹਿੰਦੇ, ਠੀਕ ਹੈ। ਹੁਣ ਤੁਸੀਂ ਯਾਦ ਰੱਖਣਾ, ਦਾ, ਦੇ, ਨੂੰ, ਨੇ, ਪਰੇ, ਤੇ ਅਤੇ ਲਾਗੇ, ਇਹ ਕੀ ਹੈ? ਸੰਬੰਧਕ ਹੈ। ਇਹਨਾਂ ਵਿੱਚੋਂ ਦਾ, ਦੇ, ਨੂੰ ਅਤੇ ਨੇ ਕੀ ਹੈ? ਪੂਰਨ ਸੰਬੰਧਕ ਹੈ। ਲਾਗੇ, ਪਰੇ, ਤੇ ਅਤੇ ਇਹ ਅਪੂਰਨ ਸੰਬੰਧਕ ਹੈ, ਠੀਕ ਹੈ। ਸੋ ਇਹਨੂੰ ਤੁਸੀਂ ਲਿਖ ਲਓ, ਨੋਟ ਕਰ ਲਓ, ਯਾਦ ਕਰਨਾ, ਠੀਕ ਹੈ। ਚਲੋ ਨੈਕਸਟ ਚੱਲਦੇ ਹਾਂ। ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ? ਹੁਣ ਧੁਨੀ ਕੀ ਹੈ? ਅਸੀਂ ਪਿਛਲੀ ਕਲਾਸ ਵਿੱਚ ਕੀਤਾ, ਧੁਨੀ ਇੱਕ ਆਵਾਜ਼ ਹੁੰਦੀ ਹੈ। ਭਾਸ਼ਾ ਦੀ, ਪੰਜਾਬੀ ਭਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ, ਠੀਕ ਹੈ, ਅਰਥ ਮੁਕਤ ਇਕਾਈ, ਮਤਲਬ ਕਿ ਅਰਥਹੀਨ ਇਕਾਈ ਕੀ ਹੈ? ਧੁਨੀ ਹੈ। ਸੋ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ? ਇੱਕ, ਦੋ, ਤਿੰਨ ਕਿ ਚਾਰ? ਸਟੂਡੈਂਟ ਧੁਨੀਆਂ ਜਿਹੜੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ, ਕਿਹੜੀਆਂ ਕਿਹੜੀਆਂ? ਸਵਰ ਅਤੇ ਵਿਅੰਜਨ। ਧੁਨੀਆਂ ਦੋ ਪ੍ਰਕਾਰ ਦੀਆਂ, ਸਵਰ ਅਤੇ ਵਿਅੰਜਨ, ਠੀਕ ਹੈ। ਨੈਕਸਟ ਦੇਖੋ, ਜਿਹੜੇ ਪੜਨਾਵ ਕਿਸੇ ਦੂਰ ਜਾਂ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਨ ਉਹਨਾਂ ਨੂੰ ਡੈਸ਼ ਪੜਨਾਵ ਕਿਹਾ ਜਾਂਦਾ ਹੈ। ਹੁਣ ਪੜਨਾਵ ਦੀ ਗੱਲ ਹੋ ਰਹੀ ਹੈ, ਦੇਖੋ ਜਿਹੜੇ ਪੜਨਾਵ ਦੂਰ ਜਾਂ ਨੇੜੇ ਦਿਸਦੀ ਚੀਜ਼ ਵੱਲ ਇਸ਼ਾਰਾ ਕਰਨ ਉਹਨਾਂ ਨੂੰ ਕਿਹੜੇ ਪੜਨਾਵ ਕਹਿੰਦੇ? ਦੇਖੋ, ਨਿਸ਼ਚੈਵਾਚਕ, ਨਿਜਵਾਚਕ, ਪੁਰਖਵਾਚਕ ਕਿ ਸੰਬੰਧਵਾਚਕ? ਪੁਰਖਵਾਚਕ ਵੀ ਨਹੀਂ ਹੈ, ਸੰਬੰਧਵਾਚਕ ਵੀ ਨਹੀਂ ਹੈ। ਨਿਜਵਾਚਕ ਵਿੱਚ ਆਪਣੀ ਸਵੈ ਦੀ ਗੱਲ ਹੁੰਦੀ, ਆਪਣੇ ਆਪ ਦੀ ਗੱਲ ਹੁੰਦੀ, ਨਿਜਵਾਚਕ ਵੀ ਨਹੀਂ ਹੈ। ਸੋ ਜਿਹੜੀ ਦੂਰ ਜਾਂ ਨੇੜੇ ਚੀਜ਼ ਦੀ ਚੀਜ਼ ਵੱਲ ਇਸ਼ਾਰਾ ਕਰਨ ਜਿਹੜੇ ਪੜਨਾਵ ਉਹਨਾਂ ਨੂੰ ਬੋਲਦੇ ਆ ਨਿਸ਼ਚੈਵਾਚਕ ਪੜਨਾਵ। ਜਿਹੜੀ ਆਪਸ਼ਨ ਏ ਆ ਉਹ ਰਾਈਟ ਆਪਸ਼ਨ ਹੈ। ਨਿਸ਼ਚੈਵਾਚਕ ਪੜਨਾਵ ਕਿਹੜਾ ਆ? ਕਿਸੇ ਦੂਰ ਜਾਂ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਨ ਵਾਲਾ ਪੜਨਾਵ ਕੀ ਹੁੰਦਾ ਹੈ? ਨਿਸ਼ਚੈਵਾਚਕ ਪੜਨਾਵ। ਨੈਕਸਟ ਦੇਖੋ ਸਟੂਡੈਂਟ, ਹੇਠ ਲਿਖੇ ਸ਼ਬਦਾਂ ਵਿੱਚ ਜਿਹੜੇ ਸ਼ਬਦ ਨਿਸ਼ਚੈਵਾਚਕ ਪੜਨਾਵ ਹਨ? ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜੇ ਸ਼ਬਦ ਨਿਸ਼ਚੈਵਾਚਕ ਪੜਨਾਵ ਹਨ? ਹੁਣ ਨਿਸ਼ਚੈਵਾਚਕ ਪੜਨਾਵ ਕਿਹੜੇ ਹੁੰਦੇ? ਜਿਹੜੇ ਦੂਰ ਜਾਂ ਨੇੜੇ ਦਿਸਦੇ ਚੀਜ਼ ਵੱਲ ਇਸ਼ਾਰਾ ਕਰਨ ਉਹ ਹੁੰਦੇ ਆ ਨਿਸ਼ਚੈਵਾਚਕ ਪੜਨਾਵ। ਹੁਣ ਇਹ ਕਿਹੜੇ ਕਿਹੜੇ ਹੁੰਦੇ? ਦੇਖੋ, ਉਹ, ਆ, ਇਹਨਾਂ ਕਿ ਉਪਰੋਕਤ ਸਾਰੇ। ਸਟੂਡੈਂਟ ਜਿਹੜੇ ਅਸੀਂ ਕਿਸੇ ਵੱਲ ਇਸ਼ਾਰਾ ਕਰਦੇ ਦੂਰ ਜਾਂ ਨੇੜੇ ਵਾਲੀ ਚੀਜ਼ ਲਈ, ਅਸੀਂ ਕੀ ਕਹਿੰਦੇ? ਇਹ ਫੜਾ, ਉਹ ਫੜਾ, ਇਹਨਾਂ ਨੂੰ ਕਹਿ, ਇਹ ਕੀ ਹੋ ਗਿਆ? ਇਹ ਸਾਰੇ ਦੇ ਸਾਰੇ ਕੀ ਹੈ? ਨਿਸ਼ਚੈਵਾਚਕ ਪੜਨਾਵ ਹੈ। ਨੋਟ ਕਰ ਲਓ, ਉਹ, ਆ, ਇਹਨਾਂ, ਠੀਕ ਹੈ, ਇਹ ਸਾਰੇ ਕੀ ਹੈ? ਨਿਸ਼ਚੈਵਾਚਕ ਪੜਨਾਵ, ਠੀਕ ਹੈ। ਸੋ ਨੈਕਸਟ ਕੁਐਸਚਨ ਦੇਖੋ ਸਟੂਡੈਂਟ, ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਵਿਸ਼ੇਸ਼ਣ ਜਿਹੜੇ ਸ਼ਬਦ ਨਾਂਵ ਜਾਂ ਪੜਨਾਵ ਦੀ ਵਿਸ਼ੇਸ਼ਤਾ ਦੱਸਦੇ ਉਹ ਵਿਸ਼ੇਸ਼ਣ ਹੁੰਦੇ। ਸੋ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ? ਦੇਖੋ, ਪੰਜ, ਛੇ, ਸੱਤ ਕਿ ਅੱਠ? ਸਟੂਡੈਂਟ ਜਿਹੜੇ ਵਿਸ਼ੇਸ਼ਣ ਹੁੰਦੇ ਪੰਜ ਪ੍ਰਕਾਰ ਦੇ ਹੁੰਦੇ, ਠੀਕ ਹੈ। ਨੋਟ ਕਰ ਲਓ, ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ। ਇਹ ਵੀ ਨੋਟ ਕਰੋ ਕਿਹੜੇ ਕਿਹੜੇ ਹੁੰਦੇ ਆ।
ਡੀਪਲੀ ਤੁਹਾਨੂੰ ਅਗਲੇ ਕਲਾਸਾਂ ਵਿੱਚ ਦੱਸਾਂਗੇ। ਤੁਸੀਂ ਇੰਨਾ ਯਾਦ ਰੱਖੋ, ਵਿਸ਼ੇਸ਼ਣ ਜਿਹੜੇ ਆ ਪੰਜ ਪ੍ਰਕਾਰ ਦੇ ਹੁੰਦੇ। ਵਿਸ਼ੇਸ਼ਣ ਹੁੰਦੇ ਕਿ ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦੱਸਦੇ ਉਹਨੂੰ ਵਿਸ਼ੇਸ਼ਣ ਕਹਿੰਦੇ ਆ। ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ, ਕਿਹੜੇ ਕਿਹੜੇ? ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਨਿਸ਼ਚੈਵਾਚਕ ਵਿਸ਼ੇਸ਼ਣ ਅਤੇ ਪੜਨਾਵੀ ਵਿਸ਼ੇਸ਼ਣ। ਨੋਟ ਕਰ ਲਓ ਸਟੂਡੈਂਟ, ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ ਅਤੇ ਨਿਸ਼ਚੈਵਾਚਕ ਵਿਸ਼ੇਸ਼ਣ, ਔਰ ਲਾਸਟ ਹੈ ਪੜਨਾਵੀ ਵਿਸ਼ੇਸ਼ਣ। ਨੈਕਸਟ ਦੇਖੋ, ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਨਾਂਵ ਤਾਂ ਬਹੁਤ ਈਜ਼ੀ ਹੈ, ਹੈ ਨਾ, ਅਸੀਂ ਛੇਵੀਂ ਕਲਾਸ ਤੋਂ ਹੀ ਕਰਦੇ ਆਏ ਹਾਂ। ਦੇਖੋ ਕਿੰਨੀ ਪ੍ਰਕਾਰ ਦੇ ਹੁੰਦੇ ਨਾਂਵ? ਪੰਜ, ਚਾਰ, ਛੇ ਕੇ ਅੱਠ? ਹਾਂਜੀ ਆਂਸਰ ਕਰੋ ਸਟੂਡੈਂਟ। ਜਿਹੜੇ ਨਾਂਵ ਹੁੰਦੇ ਆ ਨਾ, ਉਹ ਪੰਜ ਪ੍ਰਕਾਰ ਦੇ ਹੁੰਦੇ, ਠੀਕ ਹੈ। ਕਿਸੇ ਵਸਤੂ, ਸਥਾਨ, ਭਾਵ ਆਦਿ ਦਾ ਨਾਂਵ ਜਿਹੜਾ ਬੋਧ ਕਰਾਉਣ, ਜਿਹੜੇ ਸ਼ਬਦ ਕਿਸੇ ਵਸਤੂ, ਸਥਾਨ, ਭਾਵ ਦਾ ਬੋਧ ਕਰਾਉਣ, ਉਹ ਕੀ ਹੁੰਦੇ ਆ? ਨਾਂਵ ਹੁੰਦੇ ਆ। ਸੋ ਨਾਂਵ ਕਿੰਨੀ ਪ੍ਰਕਾਰ ਦੇ? ਪੰਜ ਪ੍ਰਕਾਰ ਦੇ, ਠੀਕ ਹੈ। ਹਾਂਜੀ, ਸੋ ਸਟੂਡੈਂਟ, ਕਲਾਸ ਨੂੰ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ MSW Study ਐਪ ਦੇ ਵਿੱਚ ਪੇਡ ਕੋਰਸ ਬਹੁਤ ਹੀ ਘੱਟ ਫੀਸ ਵਿੱਚ ਕਰਵਾਇਆ ਜਾ ਰਿਹਾ। ਅਗਰ ਤੁਸੀਂ ਪੇਡ ਕੋਰਸ ਲੈਣਾ ਚਾਹੁੰਦੇ ਹੋ ਤਾਂ ਸਟੂਡੈਂਟ ਤੁਸੀਂ ਆਪਣੇ ਮੋਬਾਈਲ ਦੇ ਪਲੇ ਸਟੋਰ ਵਿੱਚੋਂ ਇਹ ਵਾਲਾ ਐਪ MSW Study ਐਪ ਨੂੰ ਡਾਊਨਲੋਡ ਕਰ ਲੈਣਾ, ਠੀਕ ਹੈ। PSTET ਪੇਪਰ 1, ਪੇਪਰ 2 ਦੇਣਾ, ਦੋਨਾਂ ਪੇਪਰਾਂ ਵਾਸਤੇ CDP ਕੰਪਲਸਰੀ। ਅਗਰ ਤੁਸੀਂ CDP ਦੀ ਸਿਰਫ ਔਰ ਸਿਰਫ CDP ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕੇਵਲ 500 ਰੁਪਏ ਦੇ ਵਿੱਚ ਤੁਹਾਨੂੰ CDP ਦਾ ਪੂਰਾ ਸਿਲੇਬਸ ਕਰਵਾਇਆ ਜਾਏਗਾ। PSTET 1 ਦੇਣਾ ATT ਵਾਲੇ ਸਟੂਡੈਂਟ ਤਾਂ ਕੇਵਲ 999 ਰੁਪਏ ਦੇ ਵਿੱਚ ਤੁਹਾਨੂੰ CDP ਪੰਜਾਬੀ, ਇੰਗਲਿਸ਼ ਤਿੰਨ ਸਬਜੈਕਟਾਂ ਦੀ ਫੁੱਲ ਤਿਆਰੀ ਕਰਵਾਈ ਜਾਏਗੀ। PSTET 2 ਦੇਣਾ SST ਵਾਲੇ ਸਟੂਡੈਂਟ ਤਾਂ ਕੇਵਲ 2000 ਰੁਪਏ ਦੇ ਵਿੱਚ ਤੁਹਾਨੂੰ SST ਦਾ PSTET 2 ਦਾ ਪੂਰਾ ਸਿਲੇਬਸ ਪੇਪਰ ਪੂਰਾ ਤਿਆਰ ਕਰਵਾਇਆ ਜਾਏਗਾ। ਇਹਨਾਂ ਸਾਰੇ ਪੇਡ ਕੋਰਸਿਸ ਦੀ ਸਟੂਡੈਂਟ 1 ਸਾਲ ਦੀ ਵੈਲਿਡਿਟੀ ਹੋਵੇਗੀ। ਪੇਡ ਕੋਰਸ ਦੇ ਵਿੱਚ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ, PDF ਨੋਟਸ, ਤੁਹਾਡੇ ਮੌਕ ਟੈਸਟ ਲਏ ਜਾਣੇ, MCQ ਕਰਵਾਏ ਜਾਣਗੇ ਤੁਹਾਨੂੰ, ਔਰ ਟਾਈਮ ਟੂ ਟਾਈਮ ਤੁਹਾਡੀਆਂ ਲਾਈਵ ਕਲਾਸਾਂ ਵੀ ਹੋਇਆ ਕਰਨਗੀਆਂ, ਠੀਕ ਹੈ। ਸੋ ਸਟੂਡੈਂਟ, ਤੁਸੀਂ ਅਗਰ ਪੇਡ ਕੋਰਸ ਲੈਣਾ ਤਾਂ ਤੁਸੀਂ ਸਾਨੂੰ 9878731752 ਨੰਬਰ 'ਤੇ ਕੋਲ ਕਰ ਸਕਦੇ ਹੋ, ਵਟਸਐਪ ਮੈਸੇਜ ਕਰ ਸਕਦੇ ਹੋ, ਵਟਸਐਪ ਗਰੁੱਪ ਨਾਲ ਜੁਆਇਨ ਹੋ ਕੇ ਵੀ ਤੁਸੀਂ ਓਪਨ MCQ ਫ੍ਰੀ MCQ ਕਰ ਸਕਦੇ ਹੋ। ਵਟਸਐਪ ਗਰੁੱਪ ਨਾਲ ਜੁਆਇਨ ਹੋਣ ਲਈ ਤੁਸੀਂ ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ ਅਤੇ ਜੈਂਡਰ ਸਾਨੂੰ ਲਿਖ ਕੇ ਸੈਂਡ ਕਰੋਗੇ, ਅਸੀਂ ਤੁਹਾਨੂੰ ਵਟਸਐਪ ਗਰੁੱਪ ਵਿੱਚ ਜੁਆਇਨ ਕਰਾਂਗੇ। ਔਰ ਦੂਸਰੀ ਗੱਲ ਇਹ ਸਟੂਡੈਂਟ, ਤੁਸੀਂ ਟੈਲੀਗ੍ਰਾਮ ਚੈਨਲ MSW Study ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲੈਣਾ। ਇਨ ਫਿਊਚਰ ਕੋਈ ਵੀ PDF ਨੋਟਸ ਹੈ, ਤੁਹਾਡੇ ਮੌਕ ਟੈਸਟ ਲੈ ਜਾਣੇ, ਜਾਂ ਫਿਰ ਕੋਈ ਵੀ ਓਫਿਸ਼ੀਅਲ ਨੋਟੀਫਿਕੇਸ਼ਨ ਆਉਂਦਾ ਕਿਸੇ ਵੀ ਐਗਜ਼ਾਮ ਦੇ ਰਿਗਾਰਡਿੰਗ, ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਹੀ ਇਨਫੋਰਮ ਕੀਤਾ ਜਾਵੇਗਾ, ਠੀਕ ਹੈ। ਸੋ ਸਟੂਡੈਂਟ, ਨੈਕਸਟ ਕੁਐਸਚਨ ਦੇਖੋ, ਅਜੋਕੇ ਪੰਜਾਬ ਦੀਆਂ ਮੁੱਖ ਉਪ ਬੋਲੀਆਂ ਕਿੰਨੀਆਂ ਹਨ? ਹੁਣ ਅਜੋਕਾ ਪੰਜਾਬ ਜਿਹੜਾ ਸਾਡਾ ਵੱਖਰਾ ਪੰਜਾਬ ਹੈ, ਪਾਕਿਸਤਾਨ ਵਿੱਚ ਇੱਕ ਪੰਜਾਬ ਅਤੇ ਇੱਕ ਪੰਜਾਬ ਹੈ ਸਾਡੇ ਭਾਰਤ ਵਿੱਚ। ਸੋ ਜਿਹੜਾ ਭਾਰਤ ਵਾਲਾ ਪੰਜਾਬ ਹੈ, ਅਜੋਕਾ ਪੰਜਾਬ ਹੈ ਸਾਡਾ, ਉਹਦੇ ਵਿੱਚ ਕਿੰਨੀਆਂ ਉਪ ਬੋਲੀਆਂ ਜਾਂ ਉਪ ਭਾਸ਼ਾਵਾਂ ਹਨ? ਦੇਖੋ 4, 6, 5 ਕਿ 3 ਸਟੂਡੈਂਟ, ਸਾਡੇ ਪੰਜਾਬ ਦੇ ਵਿੱਚ 4 ਉਪ ਭਾਸ਼ਾਵਾਂ ਹੈ, ਦੁਆਬੀ, ਪੋਠੋਹਾਰੀ, ਮਲਵਈ ਅਤੇ ਮਾਝੀ, ਠੀਕ ਹੈ। ਸੋ ਨੈਕਸਟ ਕੁਐਸਚਨ ਦੇਖੋ, ਜਿਸ ਅੱਖਰ ਨਾਲ ਕੋਈ ਲੱਗ ਨਾ ਲੱਗੀ ਹੋਵੇ ਉਸਨੂੰ ਕੀ ਕਹਿੰਦੇ ਹਨ? ਜਿਹੜੇ ਅੱਖਰ ਨਾਲ ਕੋਈ ਲੱਗ ਨਹੀਂ ਲੱਗਦੀ, ਕੋਈ ਲਗਾ ਮਾਤਰਾ ਨਹੀਂ ਲੱਗਦੀਆਂ, ਉਹ ਅੱਖਰ ਨੂੰ ਕੀ ਕਹਿੰਦੇ ਹੈ? ਅੱਖਰ, ਮੁਕਤਾ, ਵਿਅੰਜਨ ਕੇ ਦੁੱਤ, ਜਿਸ ਨਾਲ ਕੋਈ ਲੱਗ ਨਹੀਂ ਲੱਗਦੀ, ਜਿਸ ਅੱਖਰ ਨਾਲ ਕੋਈ ਲਗਾ ਮਾਤਰਾ ਨਹੀਂ ਲੱਗਦੀ, ਉਹਨੂੰ ਕੀ ਕਹਿੰਦੇ ਆ ਸਟੂਡੈਂਟ? ਉਸਨੂੰ ਕਹਿੰਦੇ ਆ ਮੁਕਤਾ, ਠੀਕ ਹੈ। ਆਪਸ਼ਨ ਬੀ ਜਿਹੜੀ ਰਾਈਟ ਹੈ, ਮੁਕਤੇ ਦੇ ਨਾਲ ਕੋਈ ਵੀ ਲਗਾ ਮਾਤਰਾ ਨਹੀਂ ਲੱਗਦੀ। ਨੈਕਸਟ ਦੇਖੋ, ਧੁਨੀ ਦਾ ਲਿਖਤੀ ਰੂਪ ਕੀ ਹੈ? ਹੁਣ ਧੁਨੀ ਕੀ ਹੈ? ਆਵਾਜ਼, ਠੀਕ ਹੈ। ਸੋ ਆਵਾਜ਼ ਨੂੰ ਲਿਖਤੀ ਰੂਪ ਕਿੱਦਾਂ ਦਿੰਦੇ ਅਸੀਂ, ਠੀਕ ਹੈ? ਧੁਨੀ ਦਾ ਲਿਖਤੀ ਰੂਪ ਕੀ ਹੈ? ਆਵਾਜ਼, ਅੱਖਰ, ਵਾਕ ਕਿ ਉਪਰੋਕਤ ਸਾਰੇ? ਸਟੂਡੈਂਟ, ਕਿਸੇ ਧੁਨੀ ਦਾ ਲਿਖਤੀ ਰੂਪ ਹੁੰਦਾ ਹੈ ਅੱਖਰ।
ठीक है। ऊड़ा तो निरा लिखती रूप की है ए, ठीक है। सो नेक्स्ट क्वेश्चन देखो स्टूडेंट, पंजाबी विच केड़ियां धुनिया दो होठी हैं, दो हठी धुनिया कि जिन्हों उचारण वेले दोनों बुल जेड़े आपस में लगते हैं टकराते हैं। हुण देखो केड़ियां धुनिया दो होठी हैं, पप्पा पब्बा फप्फा बब्बा के मम्मा। स्टूडेंट ये सारे दियाँ सारियाँ धुनिया पप्पे तो लैके मम्मे तक की है दो होठी धुनिया, क्योंकि इन्हों उचारण वेले दोवें होठ जेडे दोवें बुल साढ़े एक दूसरे नाल टच होंदी है। देखो पप्पा फप्फा बब्बा पब्बा मम्मा, ठीक है। सो ये जिहड़ियां धुनियां दो होठी ਧੁਨੀਆਂ ਹਨ। ਨੈਕਸਟ ਦੇਖੋ ਸਟੂਡੈਂਟ, ਪੰਜਾਬੀ ਵਿੱਚ ਪਾਰਸ਼ਵਿਕ ਵਿਅੰਜਨ ਕਿਹੜੇ ਹਨ? ਪਾਰਸ਼ਵਿਕ ਵਿਅੰਜਨ, ਸੁਰਜੰਤਰੀ ਧੁਨੀ ਕਿਹੜੀ ਸੀ? ਹਾ ਹਾ, ਠੀਕ ਹੈ। ਹੁਣ ਗੱਲ ਹੋ ਰਹੀ ਪਾਰਸ਼ਵਿਕ ਵਿਅੰਜਨ ਕਿਹੜੇ ਹੈ? ਸੱਸਾ ਅਤੇ ਵਾਹਵਾ, ਹਾ ਹਾ, ਲੱਲਾ, ਲੱਲੇ ਪਿਆਰ ਬਿੰਦੀ ਕਿ ਉਪਰੋਕਤ ਕੋਈ ਵੀ ਨਹੀਂ। ਹੁਣ ਸਭ ਤੋਂ ਪਹਿਲਾਂ ਸੱਸਾ ਅਤੇ ਵਾਹਵਾ ਕੀ ਹੈ? ਅਰਧ ਸਵਰ, ਇਹ ਵੀ ਆਂਸਰ ਨਹੀਂ ਹੋ ਸਕਦਾ। ਹਾ ਹਾ ਕੀ ਹੈ? ਸੁਰਜੰਤਰੀ ਧੁਨੀ, ਇਹ ਵੀ ਨਹੀਂ ਹੋ ਸਕਦਾ। ਸੋ ਆਂਸਰ ਸਾਡਾ ਸੀ ਜਿਹੜੀ ਆਪਸ਼ਨ ਰਾਈਟ ਹੈ। ਪੰਜਾਬੀ ਵਿੱਚ ਦੋ ਪਾਰਸ਼ਵਿਕ ਵਿਅੰਜਨ ਹੈ, ਲੱਲਾ ਅਤੇ ਲੱਲੇ ਪਿਆਰ ਬਿੰਦੀ। ਯਾਦ ਰੱਖਣਾ ਲੱਲਾ ਅਤੇ ਲੱਲੇ ਪਿਆਰ ਬਿੰਦੀ ਕੀ ਹੈ? ਪਾਰਸ਼ਵਿਕ ਵਿਅੰਜਨ। ਨੈਕਸਟ ਦੇਖੋ ਖੰਡੀ ਧੁਨੀਆਂ ਕਿਹੜੀਆਂ ਕਿਹੜੀਆਂ ਹਨ? ਹੁਣ ਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਵੰਡਿਆ ਜਾ ਸਕਦਾ, ਠੀਕ ਹੈ। ਸੋ ਖੰਡੀ ਧੁਨੀਆਂ ਕਿਹੜੀਆਂ ਹੈ? ਸਵਰ, ਵਿਅੰਜਨ, ਅਰਧ ਸਵਰ ਅਤੇ ਉਪਰੋਕਤ ਸਾਰੇ। ਸਟੂਡੈਂਟ ਆਂਸਰ ਆਏਗਾ ਸਾਰੇ, ਠੀਕ ਹੈ। ਅਸਵਰ, ਵਿਅੰਜਨ ਅਤੇ ਅਰਧ ਸਵਰ ਜਿਹੜੇ ਹੈ ਇਹ ਕੀ ਹੁੰਦੇ ਹੈ? ਖੰਡੀ ਧੁਨੀਆਂ ਹੁੰਦੀਆਂ। ਸਵਰ ਊੜਾ ਐੜਾ ਈੜੀ ਤਿੰਨੇ ਸਵਰ, ਵਿਅੰਜਨ ਜਿੰਨੇ ਵੀ ਸਾਡੇ ਸ਼ੁੱਧ ਵਿਅੰਜਨ 29 ਹੈ ਚਾਹੇ 38 ਹੈ, ਹੈ ਨਾ। ਸੋ ਅਰਧ ਸਵਰ ਜਿਹੜੇ ਦੋ ਯਈਆ ਅਤੇ ਵਾਹਵਾ, ਸਟੂਡੈਂਟ ਇਹ ਖੰਡੀ ਧੁਨੀਆਂ ਦੇ ਵਿੱਚ ਆ ਜਾਂਦੇ, ਠੀਕ ਹੈ, ਨੋਟ ਕਰ ਲਓ। ਨੈਕਸਟ ਦੇਖੋ ਸਟੂਡੈਂਟ, ਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ ਹਨ? ਹੁਣ ਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ? ਇਹਨਾਂ ਨੂੰ ਇੱਕ ਦੂਜੇ ਨਾਲੋਂ ਨਿਖੇੜਿਆ ਜਾ ਸਕਦਾ ਹੈ, ਇਹਨਾਂ ਨੂੰ ਇੱਕ ਦੂਜੇ ਨਾਲ ਨਿਖੇੜਿਆ ਨਹੀਂ ਜਾ ਸਕਦਾ, ਖੰਡੀ ਧੁਨੀਆਂ ਨੂੰ ਵੰਡਿਆ ਜਾ ਸਕਦਾ ਹੈ ਕਿ ਉਪਰੋਕਤ ਸਾਰੇ। ਸਟੂਡੈਂਟ ਜਿਹੜੀਆਂ ਧੁਨੀਆਂ ਨੂੰ ਖੰਡ ਖੰਡ ਕਰਕੇ ਵੰਡਿਆ ਜਾ ਸਕਦਾ, ਇੱਕ ਦੂਸਰੇ ਨਾਲੋਂ ਨਿਖੇੜਿਆ ਜਾ ਸਕਦਾ, ਉਹ ਹੁੰਦੀਆਂ ਹਨ ਖੰਡੀ ਧੁਨੀਆਂ। ਜਿਹੜੀ ਆਪਸ਼ਨ ਏ ਆ ਉਹ ਰਾਈਟ ਹੈ, ਖੰਡੀ ਧੁਨੀਆਂ ਨੂੰ ਇੱਕ ਦੂਜੇ ਨਾਲੋਂ ਨਿਖੇੜਿਆ ਜਾ ਸਕਦਾ। ਪੰਜਾਬੀ ਵਿੱਚ ਤਿੰਨੇ ਸਵਰ ਅਤੇ ਦੋ ਅਰਧ ਸਵਰ ਅਤੇ ਬਾਕੀ ਜਿਹੜੇ ਵਿਅੰਜਨ ਰਹਿ ਗਏ ਉਹ ਕੀ ਹੈ? ਸਵਰ, ਵਿਅੰਜਨ ਅਤੇ ਅਰਧ ਸਵਰ ਸਾਡੀਆਂ ਖੰਡੀ ਧੁਨੀਆਂ, ਠੀਕ ਹੈ। ਨੈਕਸਟ ਦੇਖੋ, ਪੰਜਾਬੀ ਦੀਆਂ ਖੰਡੀ ਧੁਨੀਆਂ ਕਿਹੜੀਆਂ? ਖੰਡੀ ਧੁਨੀਆਂ ਕਿਹੜੀਆਂ ਹੁੰਦੀਆਂ ਸਟੂਡੈਂਟ? ਜਿਨ੍ਹਾਂ ਨੂੰ ਵੰਡਿਆ ਨਹੀਂ ਜਾ ਸਕਦਾ, ਅਖੰਡ, ਜਿਨ੍ਹਾਂ ਨੂੰ ਖੰਡ ਖੰਡ ਕਰਕੇ ਵੰਡਿਆ ਨਹੀਂ ਜਾ ਸਕਦਾ, ਉਹ ਹੁੰਦੀਆਂ ਅਖੰਡੀ ਧੁਨੀਆਂ। ਸੋ ਦੇਖੋ ਕਿਹੜੀਆਂ ਹੀ ਅਖੰਡੀ ਧੁਨੀਆਂ? ਸੁਰ, ਬਲ, ਨਾਸਿਕਤਾ ਕਿ ਉਪਰੋਕਤ ਸਾਰੇ। ਸਟੂਡੈਂਟ ਆਂਸਰ ਆਏਗਾ ਡੀ, ਇਹ ਸੁਰ, ਬਲ, ਨਾਸਿਕਤਾ ਅਖੰਡੀ ਧੁਨੀਆਂ ਗੀਆਂ, ਠੀਕ ਹੈ। ਸਵਰ, ਵਿਅੰਜਨ ਅਤੇ ਅਰਧ ਸਵਰ ਕੀ ਹੈ? ਖੰਡੀ ਧੁਨੀਆਂ। ਸੋ ਬਲ, ਸੁਰ, ਨਾਸਿਕਤਾ, ਤਾਨ ਇਹ ਕੀ ਹੈ? ਅਖੰਡੀ ਧੁਨੀਆਂ, ਠੀਕ ਹੈ। ਹਾਂਜੀ, ਨੈਕਸਟ ਦੇਖੋ, ਕੰਨਾਂ ਦਾ ਕੱਚਾ ਮੁਹਾਵਰੇ ਦਾ ਅਰਥ ਦੱਸੋ। ਇਹ ਕਈ ਵਾਰੀ ਅਸੀਂ ਆਮ ਗੱਲਾਂ ਬਾਤਾਂ ਦੇ ਵਿੱਚ ਵੀ ਇਹ ਵਾਲਾ ਮੁਹਾਵਰਾ ਜਿਹੜਾ ਵਰਤ ਲੈਂਦੇ ਕਿ ਤੂੰ ਤਾਂ ਕੰਨਾਂ ਦਾ ਕੱਚਾ, ਜਿਹਦੇ ਮਰਜ਼ੀ ਮਗਰ ਲੱਗ ਜਾਂਦਾ, ਹੈ ਨਾ, ਉਹ ਬੜਾ ਕੰਨਾਂ ਦਾ ਕੱਚਾ ਹੈ, ਕਿਸੇ ਦੀ ਗੱਲ ਧਿਆਨ ਨਾਲ ਨਹੀਂ ਸੁਣਦਾ, ਠੀਕ ਹੈ, ਉਹ ਕੰਨਾਂ ਦੀ ਕੱਚੀ ਹੈ। ਹੁਣ ਦੇਖੋ ਕੰਨਾਂ ਦੀ ਜਿਹੜਾ ਕੰਨਾਂ ਦਾ ਕੱਚਾ ਮੁਹਾਵਰੇ ਦਾ ਅਰਥ ਕੀ ਹੈ? ਚੁਗਲਖੋਰ, ਲਾਈ ਲੱਗ, ਕਲਮ ਦਾ ਧਨੀ ਕਿ ਉਪਰੋਕਤ ਸਾਰੇ। ਸੋ ਸਟੂਡੈਂਟ ਜਿਹੜਾ ਕੰਨਾਂ ਦਾ ਕੱਚਾ ਮੁਹਾਵਰੇ ਦਾ ਅਰਥ ਹੈ ਉਹ ਹੈ ਲਾਈ ਲੱਗ, ਠੀਕ ਹੈ। ਕੰਨਾਂ ਦਾ ਕੱਚਾ ਹੁੰਦਾ ਕਿ ਜਿਸ ਨੇ ਜੋ ਵੀ ਕਹਿਤਾ ਉਹਦੀ ਗੱਲ ਉਸੇ ਤਰ੍ਹਾਂ ਮੰਨ ਲਈ, ਠੀਕ ਹੈ, ਉਹਦੀ ਕੋਈ ਤਰਕ ਨਹੀਂ ਕਰਦਾ, ਠੀਕ ਹੈ। ਕੰਨਾਂ ਦਾ ਕੱਚਾ ਹੁੰਦਾ ਲਾਈ ਲੱਗ, ਆਪਸ਼ਨ ਜਿਹੜੀ ਬੀ ਉਹ ਰਾਈਟ ਆਪਸ਼ਨ ਹੈ। ਨੈਕਸਟ ਦੇਖੋ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਸਟੂਡੈਂਟ, ਪੰਜਾਬੀ ਵਿੱਚ ਫਲਿੱਪ ਧੁਨੀ ਕਿਹੜੀ ਹੈ? ਪੰਜਾਬੀ ਵਿੱਚ ਫਲਿੱਪ ਧੁਨੀ ਕਿਹੜੀ ਹੈ? ਹੜਾੜਾ, ਹਰਾਰਾ, ਪੱਪਾ,
ਕਿ ਸੱਸਾ। ਸਟੂਡੈਂਟ ਪੰਜਾਬੀ ਵਿੱਚ ਜਿਹੜੀ ਫਲਿੱਪ ਧੁਨੀ ਹੈ ਉਹ ਹੈ ੜਾੜਾ। ਆਪਸ਼ਨ ਜਿਹੜੀ ਏ ਹੈ ਉਹ ਰਾਈਟ ਆਪਸ਼ਨ ਹੈ, ਪੰਜਾਬੀ ਵਿੱਚ ਫਲਿੱਪ ਧੁਨੀ ਹੈ ੜਾੜਾ। ਯਾਦ ਰੱਖਣਾ ਫਲਿੱਪ ਧੁਨੀ ਕਿਹੜੀ ਹੈ ਪੰਜਾਬੀ ਦੀ, ਉਹ ਹੈ ੜਾੜਾ। ਪੰਜਾਬੀ ਵਿੱਚ ਟ੍ਰਿਲ ਧੁਨੀ ਕਿਹੜੀ ਹੈ, ੜਾੜਾ, ਹਰਾਰਾ, ਲੱਲਾ ਕਿ ਹਾਹਾ। ਸਟੂਡੈਂਟ ਹਾਹਾ ਜਿਹੜੀ ਸੁਰਜੰਤਰੀ ਧੁਨੀ ਹੈ, ਲੱਲਾ ਪਾਰਸ਼ਵਿਕ ਧੁਨੀ ਹੈ, ੜਾੜਾ ਜਿਹੜਾ ਹੈ ਇਹ ਫਲਿੱਪ ਧੁਨੀ ਹੈ। ਸੋ ਜਿਹੜਾ ਰਾਰਾ ਹੈ ਇਹ ਟ੍ਰਿਲ ਧੁਨੀ ਹੈ। ਯਾਦ ਰੱਖਣਾ ਟ੍ਰਿਲ ਧੁਨੀ ਹੈ ਰਾਰਾ ਅਤੇ ਫਲਿੱਪ ਧੁਨੀ ਹੈ ੜਾੜਾ। ਸੋ ਸਟੂਡੈਂਟ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਦੇਖੋ, ਪੰਜਾਬੀ ਵਰਨਮਾਲਾ ਦੀ ਨਵੀਨ ਟੋਲੀ ਵਿੱਚ ਕਿੰਨੇ ਅੱਖਰ ਹਨ। ਹੁਣ ਪੰਜਾਬੀ ਦੀ ਜਿਹੜੀ ਆਪਣੀ ਵਰਨਮਾਲਾ ਉਹਦੇ 35 ਅੱਖਰ ਸੀਗੇ, ਹੈ ਨਾ। ਹੁਣ ਜਿਹੜੇ ਟੋਟਲੀ ਮਿਲਾ ਕੇ ਅਰਬੀ ਫਾਰਸੀ ਦੇ ਮਿਲਾ ਕੇ 41 ਅੱਖਰ ਹੈ। ਸੋ ਨਵੀਨ ਟੋਲੀ ਜਿਹੜੀ ਉਹਦੇ ਵਿੱਚ ਕਿੰਨੇ ਅੱਖਰ ਆਉਂਦੇ ਦੇਖੋ, 5, 6, 4 ਕਿ 7। ਸਟੂਡੈਂਟ ਨਵੀਨ ਟੋਲੀ ਵਿੱਚ 6 ਅੱਖਰ ਆਉਂਦੇ, ਸੱਸੇ ਪੈਰ ਬਿੰਦੀ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਜਿਹੜੇ 6 ਅੱਖਰ ਹੈ ਉਹ ਕੀ ਹੈ ਨਵੀਨ ਟੋਲੀ ਵਿੱਚ ਆਉਂਦੇ, ਕਿਉਂਕਿ ਇਹ 35 ਅੱਖਰਾਂ ਵਿੱਚ 6 ਅੱਖਰ ਅਰਬੀ ਫਾਰਸੀ ਤੋਂ ਲਏ ਸੀਗੇ, ਠੀਕ ਹੈ। ਇਸੇ ਕਰਕੇ ਇਸਨੂੰ ਨਵੀਨ ਟੋਲੀ ਕਹਿੰਦੇ ਆ, ਇਹ ਨਵੇਂ ਅੱਖਰ ਐਡ ਕੀਤੇ ਸੀ, ਇਹ ਜਿਹੜੀ ਪੰਜਾਬੀ ਗੁਰਮੁਖੀ ਦੀ ਵਰਨਮਾਲਾ ਹੈ, ਠੀਕ ਹੈ। ਸੋ ਸਟੂਡੈਂਟ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇਗੀ। ਕਲਾਸ ਵਧੀਆ ਲੱਗੀ ਹੋਵੇ ਤਾਂ ਸਟੂਡੈਂਟ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਸ਼ੇਅਰ ਕਰੋ, ਕਲਾਸ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਔਰ ਸਟੂਡੈਂਟ ਅਗਰ ਤੁਸੀਂ ਪੇਡ ਕੋਰਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਹੀ ਘੱਟ ਫੀਸ ਵਿੱਚ MSW Study ਐਪ ਨੂੰ ਡਾਊਨਲੋਡ ਕਰਕੇ ਪੇਡ ਕੋਰਸ ਲੈ ਸਕਦੇ ਹੋ। ਅਗਰ ਤੁਸੀਂ ਸਿਰਫ ਔਰ ਸਿਰਫ CDP ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਕੇਵਲ 500 ਰੁਪਏ ਦੇ ਵਿੱਚ ਤੁਹਾਨੂੰ CDP ਦਾ ਪੂਰਾ ਸਿਲੇਬਸ ਤਿਆਰ ਕਰਵਾਇਆ ਜਾਏਗਾ। PSAT 1 ਦੇਣਾ, ETT ਵਾਲੇ ਸਟੂਡੈਂਟ ਤਾਂ ਕੇਵਲ 999 ਰੁਪਏ ਦੇ ਵਿੱਚ ਤੁਹਾਨੂੰ 3 ਸਬਜੈਕਟ CDP ਪੰਜਾਬੀ ਅਤੇ ਇੰਗਲਿਸ਼ ਦੀ ਫੁੱਲ ਤਿਆਰੀ ਕਰਵਾਈ ਜਾਏਗੀ। PSAT 2 ਦੇਣਾ SST ਵਾਲੇ ਸਟੂਡੈਂਟ ਹੋ ਤਾਂ ਕੇਵਲ 2000 ਰੁਪਏ ਦੇ ਵਿੱਚ ਤੁਹਾਨੂੰ SST ਦਾ ਪੂਰਾ ਸਿਲੇਬਸ, ਪੂਰਾ ਪੇਪਰ ਤਿਆਰ ਕਰਵਾਇਆ ਜਾਏਗਾ। ਇਹਨਾਂ ਸਾਰੇ ਪੇਡ ਕੋਰਸ ਦੀ ਬੇਟਾ 1 ਸਾਲ ਦੀ ਵੈਲਿਡਿਟੀ ਹੋਵੇਗੀ। ਪੇਡ ਕੋਰਸ ਦੇ ਵਿੱਚ ਸਟੂਡੈਂਟ ਤੁਹਾਨੂੰ ਵੀਡੀਓ ਰਿਕਾਰਡਡ ਲੈਕਚਰ, PDF ਨੋਟਸ, ਤੁਹਾਡੇ ਮੌਕ ਟੈਸਟ ਲੈ ਜਾਣੇ, ਟਾਈਮ ਟੂ ਟਾਈਮ ਤੁਹਾਡੀਆਂ ਜਿਹੜੀਆਂ ਲਾਈਵ ਕਲਾਸਾਂ ਵੀ ਹੋਇਆ ਕਰਨਗੀਆਂ, ਔਰ MCQ ਵੀ ਤੁਹਾਨੂੰ ਕਰਵਾਏ ਜਾਣਗੇ ਟੋਪਿਕ ਵਾਈਜ਼। ਸੋ ਸਟੂਡੈਂਟ ਅਗਰ ਤੁਸੀਂ ਪੇਡ ਕੋਰਸ ਲੈਣਾ ਤਾਂ ਤੁਸੀਂ ਕੀ ਕਰਨਾ ਹੈ, ਚੈਨਲ ਜਿਹੜਾ MSW Study ਐਪ ਹੈ ਇਸਨੂੰ ਡਾਊਨਲੋਡ ਕਰ ਲੈਣਾ। ਔਰ ਸਟੂਡੈਂਟ ਇਹ ਦਿਮਾਗ 'ਚੋਂ ਆਪਣੇ ਗੱਲ ਕੱਢ ਦਿਓ ਕਿ ਅਸੀਂ ਪੇਡ ਕੋਰਸ ਲੈ ਕੇ ਆਪਣਾ ਪੇਪਰ ਕਲੀਅਰ ਕਰ ਲਾਂਗੇ। ਸਟੂਡੈਂਟ ਪੇਡ ਕੋਰਸ ਲੈ ਕੇ ਤੁਹਾਨੂੰ ਪੜ੍ਹਨਾ ਪਵੇਗਾ, ਠੀਕ ਹੈ। ਸੋ ਪੇਡ ਕੋਰਸ ਲੈ ਕੇ ਜਿਸ ਸਟੂਡੈਂਟ ਨੇ ਆਪਣੀ ਤਿਆਰੀ ਕਰਨੀ ਹੈ, ਪੜ੍ਹਨਾ ਹੈ, ਉਹੀ ਸਟੂਡੈਂਟ ਪੇਡ ਕੋਰਸ ਲਵੇ। ਅਗਰ ਤੁਸੀਂ ਪੇਡ ਕੋਰਸ ਲੈ ਕੇ ਪੜ੍ਹਾਈ ਨਹੀਂ ਕਰਨੀ, ਆਪਣਾ ਜਿਹੜਾ ਕਲਾਸਾਂ ਨਹੀਂ ਲਗਾਉਣੀਆਂ, ਨੋਟਸ ਬਣਾ ਕੇ ਯਾਦ ਨਹੀਂ ਕਰਨੇ, ਤਾਂ ਪੇਡ ਕੋਰਸ ਲੈਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਪੇਡ ਕੋਰਸ ਲੈਣਾ ਤਾਂ ਸਟੂਡੈਂਟ ਤੁਹਾਨੂੰ ਸਾਰੇ ਦਾ ਸਾਰਾ ਸਿਲੇਬਸ ਵੀ ਕਵਰ ਕਰਨਾ ਪਵੇਗਾ, ਲਿਖਣਾ ਪਵੇਗਾ, ਪੜ੍ਹਨਾ ਪਵੇਗਾ, ਠੀਕ ਹੈ। ਸੋ ਸਟੂਡੈਂਟ ਜਿਨ੍ਹਾਂ ਨੇ ਪੇਪਰ ਕਲੀਅਰ ਕਰਨਾ ਹੈ, ਪੇਡ ਕੋਰਸ ਲੈਣਾ, ਅਤੇ ਉਹ ਆਪਣੀਆਂ ਕਲਾਸਾਂ ਐਪ ਦੇ ਵਿੱਚ ਡੇਲੀ ਲਗਾਉਣਗੇ, ਆਪਣਾ ਇੱਕ ਟਾਈਮ ਟੇਬਲ ਸੈੱਟ ਕਰਨਗੇ। ਔਰ ਯੂਟਿਊਬ ਚੈਨਲ MSW Study ਯੂਟਿਊਬ ਚੈਨਲ 'ਤੇ ਜੋ ਫਰੀ MCQ ਹੈ ਨਾ, ਓਪਨ MCQ ਕਰਵਾਉਂਦੇ, ਉਹ ਵੀ ਤੁਸੀਂ ਲਗਾਉਣੇ। ਸੋ 3 ਮਹੀਨੇ ਤੁਸੀਂ ਦਿਨ ਰਾਤ ਇੱਕ ਕਰਕੇ ਆਪਣੀ ਜਿਹੜੀ ਤਿਆਰੀ ਹੈ ਉਹਨੂੰ ਸ਼ੁਰੂ ਕਰ ਦਿਓ, ਠੀਕ ਹੈ। ਸੋ ਸਟੂਡੈਂਟ ਅਗਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 9878733152 ਨੰਬਰ 'ਤੇ ਕੋਲ ਕਰ ਸਕਦੇ ਹੋ, ਵਟਸਐਪ ਮੈਸੇਜ ਕਰ ਸਕਦੇ ਹੋ, ਵਟਸਐਪ ਗਰੁੱਪ ਨਾਲ ਜੁਆਇਨ ਹੋ ਕੇ ਤੁਸੀਂ ਓਪਨ MCQ ਫਰੀ MCQ ਕਰ ਸਕਦੇ ਹੋ। ਵਟਸਐਪ ਗਰੁੱਪ ਨਾਲ ਜੁਆਇਨ ਹੋਣ ਲਈ ਤੁਸੀਂ ਆਪਣਾ ਨੇਮ, ਸਬਜੈਕਟ, ਡਿਸਟ੍ਰਿਕਟ ਅਤੇ ਜੈਂਡਰ ਸਾਨੂੰ ਲਿਖ ਕੇ ਸੈਂਡ ਕਰਨਾ। ਔਰ ਸਟੂਡੈਂਟ ਤੁਸੀਂ ਟੈਲੀਗ੍ਰਾਮ ਚੈਨਲ MSW Study ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ। ਇਨ ਫਿਊਚਰ ਕੋਈ ਵੀ PDF ਨੋਟਸ ਹੈ, ਤੁਹਾਡੇ ਮੌਕ ਟੈਸਟ ਲੈ ਜਾਣੇ, ਜਾਂ ਫਿਰ ਕੋਈ ਵੀ ਐਗਜ਼ਾਮ ਦੇ ਰਿਗਾਰਡਿੰਗ ਓਫੀਸ਼ਲ ਨੋਟੀਫਿਕੇਸ਼ਨ ਆਉਂਦਾ ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਹੀ
ਇਨਫੋਰਮ ਕੀਤਾ ਜਾਵੇਗਾ। ਸੋ ਸਟੂਡੈਂਟ ਟਾਈਮ ਟੇਬਲ ਤੁਹਾਡਾ ਸੈੱਟ ਹੋ ਗਿਆ, ਠੀਕ ਹੈ। ਡੇਲੀ ਕਲਾਸਾਂ ਦਾ ਸ਼ਡਿਊਲ ਨੋਟ ਕਰ ਲਓ, ਠੀਕ ਹੈ। ਪੰਜਾਬੀ ਦੀ ਜਿਹੜੀ ਕਲਾਸ ਮੇਰੇ ਦੁਆਰਾ ਹੋਵੇਗੀ ਉਹ ਡੇਲੀ ਦੁਪਹਿਰ 3 ਵਜੇ ਹੋਇਆ ਕਰੇਗੀ, ਪੰਜਾਬੀ ਦੀ ਔਫਲਾਈਨ ਰਿਕਾਰਡਡ ਕਲਾਸ। NCERT ਬੇਸਡ ਜੋ SST ਦੇ MCQ ਹਰਜੀਤ ਸਰ ਦੁਆਰਾ ਡੇਲੀ ਲਾਈਵ ਕਲਾਸ 5:30 ਵਜੇ ਹੋਇਆ ਕਰੇਗੀ। ਸੋ ਡੇਲੀ ਕਲਾਸਾਂ ਨੂੰ ਤੁਸੀਂ ਲਗਾਓ, ਆਪਣਾ ਟਾਈਮ ਟੇਬਲ ਸੈੱਟ ਕਰੋ, ਇੱਕ ਸ਼ਡਿਊਲ ਤੁਹਾਨੂੰ ਤਿਆਰ ਕਰਕੇ ਦਿੱਤਾ ਹੋਇਆ, ਠੀਕ ਹੈ। ਔਰ CDP ਦੀ ਜਿਹੜੀ ਕਲਾਸ ਹੈ ਡੇਲੀ ਰਾਤ 8:30 ਵਜੇ ਲਾਈਵ ਕਲਾਸ ਹੋਇਆ ਕਰੇਗੀ ਹਰਜੀਤ ਸਰ ਵੱਲੋਂ, PSEB SST, ਠੀਕ ਹੈ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜੋ SST ਹੈ ਉਹ 9:15-9:30 ਦੇ ਲਗਭਗ ਤੁਹਾਨੂੰ ਰਾਤ ਨੂੰ ਮਿਲੇਗੀ ਲਾਈਵ ਕਲਾਸ, ਜੋ ਮੈਂ ਕਰਵਾਇਆ ਕਰੂੰਗੀ ਤੁਹਾਨੂੰ, ਠੀਕ ਹੈ। ਔਰ ਕਲਾਸ ਇੱਕ ਤੁਹਾਨੂੰ ਸਰਪ੍ਰਾਈਜ਼ ਕਲਾਸ ਵੀ ਤੁਹਾਡੀ ਹੋਵੇਗੀ। ਸੋ ਤੁਸੀਂ ਡੇਲੀ ਕਲਾਸ ਨਾਲ ਜੁੜੋ, ਠੀਕ ਹੈ। ਆਪਣਾ ਟਾਈਮ ਟੇਬਲ ਸੈੱਟ ਕਰੋ। ਪੇਡ ਕੋਰਸ ਲੈਣਾ ਚਾਹੁੰਦੇ ਹੋ, ਡੀਪਲੀ ਤਿਆਰੀ ਕਰਨਾ ਚਾਹੁੰਦੇ ਹੋ, ਈਜ਼ੀ ਵੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਹੁਤ ਹੀ ਘੱਟ ਫੀਸ ਵਿੱਚ ਪੇਡ ਕੋਰਸ ਵੀ ਲੈ ਸਕਦੇ ਹੋ। ਸੋ ਥੈਂਕ ਯੂ ਸਟੂਡੈਂਟ, ਥੈਂਕਸ ਫੋਰ ਵਾਚਿੰਗ।